ਨਬੀਏ ਕਰੀਮ ਅਲੈਹਿ ਸਲਾਤੁ ਵਸਲਾਮ ਆਪ ਦਾ ਜਦੋਂ ਹਜ਼ਰਤ ਖਦੀਜਾਤੁਲ ਕੁਬਰਾ ਰਜ਼ੀਅੱਲਾਹੁ ਤਾਲਾ ਅਨਹਾ ਆਪ ਦੇ ਨਾਲ ਅਕਦ ਹੋਇਆ, ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਦੀ ਬਾਰਗਾਹ ਦੇ ਅੰਦਰ ਹਜ਼ਰਤ ਖਦੀਜਾ ਨੇ ਆਪਣੇ ਇੱਕ ਗੁਲਾਮ ਪੇਸ਼ ਕੀਤਾ। ਅਰਜ਼ ਕਰਦੀਆਂ ਨੇ, ਸੋਹਣਿਆ ਐ ਮੇਰਾ ਗੁਲਾਮ ਬੜਾ ਫਰਮਾ ਬਰਦਾਰ ਏ, ਇਹ ਆਦਤਨ ਔਰ ਤਬੀਅਤਨ ਬੜਾ ਚੰਗਾ ਏ, ਇਹ ਮੇਰੇ ਨਬੀ ਦੀ ਬਾਰਗਾਹ 'ਚ ਪੇਸ਼ ਪੀਆਂ ਕਰਦੀਆਂ ਨੇ। ਸੋਹਣਿਆ ਇਹ ਜ਼ੈਦ ਨੂੰ ਆਪਣੀ ਬਾਰਗਾਹ 'ਚ ਕਬੂਲ ਫਰਮਾ ਲਓ। ਵਾਕਿਆ ਤਵੀਲ, ਮੈਂ ਇਖਤਸਾਰ ਨਾਲ ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਦੀ ਬਾਰਗਾਹ 'ਚ ਅਰਜ਼ ਕੀਤੀ, ਸੁਣਿਆ ਇਹ ਜ਼ੈਦ ਨੂੰ ਆਪਣੀ ਬਾਰਗਾਹ 'ਚ ਕਬੂਲ ਫਰਮਾਓ, ਬੜਾ ਚੰਗਾ ਬੱਚਾ ਹੈ, ਅਤੇ ਜਿਹੜਾ ਪਹਿਲਾਂ ਹੀ ਚੰਗਾ ਹੋਵੇ ਨਬੀ ਪਾਕ ਦੀ ਬਾਰਗਾਹ 'ਚ ਆ ਕੇ ਕਿੱਡਾ ਚੰਗਾ ਹੋ ਗਿਆ ਹੋਵੇਗਾ। ਹਜ਼ਰਤ ਜ਼ੈਦ ਮੇਰੇ ਨਬੀ ਦੀ ਬਾਰਗਾਹ 'ਚ ਮੇਰੇ ਨਬੀ ਨੇ ਕਬੂਲ ਫਰਮਾਇਆ ਅਤੇ ਇੰਨੀ ਮੁਹੱਬਤ ਕੀਤੀ, ਇੰਨਾ ਪਿਆਰ ਕੀਤਾ ਕਿ ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਨੇ ਆਪ ਨੂੰ ਆਪਣੇ ਕੋਲ ਹੀ ਰੱਖਿਆ। ਹਜ਼ਰਤ ਜ਼ੈਦ ਨੇ ਵੀ ਖਿਦਮਤ ਕਰਦਿਆਂ ਰਹਿਣਾ, ਬੜਾ ਪਿਆਰ ਹੋ ਗਿਆ ਹਜ਼ਰਤ ਜ਼ੈਦ ਨੂੰ ਵੀ ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਨਾਲ। ਇੱਕ ਰਵਾਇਤ ਅੰਦਰ ਆਉਂਦਾ ਹੈ ਆਪ ਨੇ ਐਲਾਨੇ ਨਬੂਤ ਫਰਮਾ ਲਿਆ ਸੀ, ਔਰ ਇੱਕ ਰਵਾਇਤ 'ਚ ਕਿ ਆਪ ਨੇ ਐਲਾਨੇ ਨਬੂਤ ਨਹੀਂ ਕੀਤਾ। ਬਹਰਹਾਲ ਮੈਂ ਦੋਵੇਂ ਰਵਾਇਤਾਂ ਰੱਦ ਕਰ ਦਿੱਤੀਆਂ, ਹਜ਼ਰਤ ਜ਼ੈਦ ਨੂੰ ਮੇਰੇ ਨਬੀ ਦੀ ਬਾਰਗਾਹ 'ਚ। ਅਹਬਾਬੇ ਜ਼ੀਵਕਾਰ ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਆਪ ਦੀ ਖਿਦਮਤ ਦੇ ਅੰਦਰ ਹਜ਼ਰਤ ਜ਼ੈਦ ਹਾਜ਼ਰ ਨਹੀਂ, ਉਧਰੋਂ ਹਜ਼ਰਤ ਜ਼ੈਦ ਦਾ ਚਾਚਾ ਜਿਹੜਾ ਜਨਾਬੇ ਵਾਲਾ ਪੇਸ਼ੇ ਦੇ ਲਿਹਾਜ਼ ਨਾਲ ਇੱਕ ਤਾਜਰ ਏ, ਇਹ ਮੱਕੇ ਸ਼ਹਿਰ ਦੇ ਅੰਦਰ ਆਇਆ, ਆ ਕੇ ਕੀ ਵੇਖਦਾ ਏ, ਇਹ ਜ਼ੈਦ ਤੇ ਨਜ਼ਰ ਪੈ ਗਈ। ਜਦੋਂ ਜ਼ੈਦ ਨੂੰ ਵੇਖਿਆ ਇਹ ਅੱਖਾਂ ਵਿੱਚ ਅੰਜੂ ਆ ਗਏ ਕਿ ਜ਼ੈਦ ਨੂੰ ਯਾਦ ਕਰ ਕਰਕੇ ਇਹ ਮੇਰਾ ਭਰਾ ਬੜਾ ਵੀ ਕਮਜ਼ੋਰ ਹੋ ਗਿਆ ਏ। ਇਹ ਜਨਾਬੇ ਵਾਲਾ ਮਾਂ ਆਪਣੇ ਪੁੱਤਰ ਨੂੰ ਇਹ ਯਾਦ ਕਰ ਕਰਕੇ ਰੋ ਰੋ ਕੇ ਨਬੀਨਾ ਹੋ ਗਈ ਏ। ਇਹ ਜਨਾਬੇ ਵਾਲਾ ਹਜ਼ਰਤ ਜ਼ੈਦ ਦਾ ਪਿੱਛਾ ਕਰਨ ਲੱਗ ਪਿਆ, ਇਹ ਪਿੱਛਾ ਕਰਦਿਆਂ ਕਰਦਿਆਂ ਪਤਾ ਚੱਲਿਆ ਕਿ ਫਲਾਂ ਮਕਾਮ ਤੇ ਜ਼ੈਦ ਦੀ ਰਹਿਸ਼ ਏ। ਇਹ ਜਨਾਬੇ ਵਾਲਾ ਆਸੇ ਪਾਸੇ ਦੇ ਲੋਕਾਂ ਨੂੰ ਪੁੱਛਣ ਲੱਗਾ, ਆਂਦਾ ਏ ਇਹ ਜ਼ੈਦ ਜਿਹੜੇ ਬੰਦੇ ਦਾ ਗੁਲਾਮ ਏ, ਇਹ ਆਦਤਨ ਕਿਵੇਂ ਦਾ ਬੰਦਾ ਹੈ। ਉਹ ਜਨਾਬੇ ਵਾਲਾ ਜਵਾਬ ਦੇਣ ਵਾਲਿਆਂ ਨੇ ਆਖਿਆ, ਆਂਦੇ ਕੀ ਨੇ ਤੂੰ ਪੁੱਛਣਾ ਆਦਤਨ ਕਿਵੇਂ ਦਾ ਏ, ਅਸਾਂ ਸਾਰੀ ਜ਼ਿੰਦਗੀ ਦੇ ਅੰਦਰ ਨਾ ਇੰਜ ਦਾ ਕਦੇ ਵੇਖਿਆ ਏ, ਨਾ ਕਦੇ ਸੁਣਿਆ ਏ, ਉਹਦਾ ਤੇ ਅਖਲਾਕ ਵੀ ਬੜਾ ਸੋਹਣਾ ਏ, ਉਹਦੀਆਂ ਆਦਤਾਂ ਵੀ ਬੜੀਆਂ ਸੋਹਣੀਆਂ ਨੇ, ਉਹਦਾ ਚਿਹਰਾ ਵੀ ਬੜਾ ਸੋਹਣਾ ਏ। ਆਦਮ ਮਰਹੂਮ ਨੇ ਤਰਜਮਾ ਕੀਤਾ, ਆਂਦਾ ਤੂੰ ਅਜੇ ਮਹਬੂਬ ਨਟੀਠਾ, ਤੂੰ ਅਜੇ ਮਹਬੂਬ ਨਟੀਠਾ, ਜਿਹਨੂੰ ਵੇਖ ਕੇ ਚੰਨ ਸ਼ਰਮਾਵੇ, ਲਾਵੇ ਹੱਥ ਨਾਲ ਫੁੱਲਾਂ ਦੇ, ਜੇ ਉਹ ਲਾਵੇ ਹੱਥ ਨਾਲ ਫੁੱਲਾਂ ਦੇ ਤੇ ਹੱਥ ਫੁੱਲਾਂ ਤੋਂ ਵੱਧ ਜਾਵੇ, ਓਏ ਆਜ਼ਮ ਡਾ ਓਏ ਸੋਹਣਾ ਮਾਹੀ, ਸਾਨੂੰ ਕਿਧਰੇ ਨਜ਼ਰ ਨਾ ਆਵੇ।
ਦੱਸਣ ਵਾਲੇ ਦੱਸਦੇ ਨੇ ਓਏ ਆਉਣ ਵਾਲਿਆਂ ਕੀ ਪੁੱਛਣਾ ਹੈ ਉਹਦੇ ਤੇ ਅਖਲਾਕ ਤੇ ਉਹਦੀਆਂ ਆਦਤਾਂ ਏਡੀਆਂ ਸੋਹਣੀਆਂ ਨੇ ਇਹ ਜਿਨ੍ਹਾਂ ਨੂੰ ਅਲਫਾਜ਼ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਜਨਾਬੇ ਹਾਜ਼ਰ ਤੇ ਜ਼ੈਦ ਦਾ ਚਾਚਾ ਇਹ ਮਾਲੂਮਾਤ ਲੈਣ ਤੋਂ ਬਾਅਦ ਇਹ ਜਦੋਂ ਵਾਪਸ ਆਪਣੇ ਇਲਾਕੇ ਮੁੜਿਆ ਹੁਣ ਜਾ ਕੇ ਆਪਣੇ ਜਨਾਬੇ ਵਾਲਾ ਭਾਈ ਨੂੰ ਕਹਿਣ ਲੱਗਾ ਭਾਈ ਜਾਨ ਪੈਸਿਆਂ ਦਾ ਇੰਤਜ਼ਾਮ ਕਰ ਉਹਨੇ ਆਖਿਆ ਕੀ ਗੱਲ ਏ ਇਹ ਪੈਸਿਆਂ ਦੀ ਕੀ ਲੋੜ ਪੈ ਗਈ ਹੈ ਇਹ ਕਹਿਣ ਲੱਗਾ ਵੇ ਇਹ ਬੜੀ ਖੁਸ਼ੀ ਦੀ ਖਬਰ ਏ ਤੇਰਾ ਪੁੱਤਰ ਜ਼ੈਦ ਲੱਭ ਗਿਆ ਏ ਇਹ ਹਜ਼ਰਤ ਜ਼ੈਦ ਨਾ ਅਸਲ ਵਿੱਚ ਬਚਪਨ ਵਿੱਚ ਆਪਣੀ ਵਾਲਦਾ ਨਾਲ ਇੱਕ ਸਫ਼ਰ ਕਰ ਰਹੇ ਸਨ ਅਤੇ ਰਾਸਤੇ 'ਚ ਕਜ਼ਾਕ ਆ ਗਏ ਡਾਕੂ ਆ ਗਏ ਉਹਨਾਂ ਨੇ ਕਾਫਲੇ ਨੂੰ ਲੁੱਟਿਆ ਅਤੇ ਉਹ ਜਿਹੜੇ ਲੋਕ ਸਨ ਨਾ ਪਹਿਲੇ ਬੱਚਿਆਂ ਨੂੰ ਖੋਹ ਲੈਂਦੇ ਸਨ ਗੁਲਾਮ ਦੇ ਤੌਰ 'ਤੇ ਅੱਗੇ ਫਰੋਖਤ ਕਰਦੇ ਸਨ ਅਤੇ ਹਜ਼ਰਤ ਜ਼ੈਦ ਦੀ ਕਿਸਮਤ ਵੇਖੋ ਵਿਕਦੇ ਵਿਕਾਂਦੇ ਵਿਕਦੇ ਵਿਕਾਂਦੇ ਮੇਰੇ ਨਬੀ ਦੀ ਬਾਰਗਾਹ 'ਚ ਆ ਗਏ ਕਿਆ ਕਹਿਣੇ ਹਜ਼ਰਤ ਜ਼ੈਦ ਦੀ ਕਿਸਮਤ ਦੇ ਅਤੇ ਇਹ ਹੁਣ ਜਨਾਬ ਚਾਚਾ ਆਇਆ ਹਜ਼ਰਤ ਜ਼ੈਦ ਦੇ ਬਾਪ ਕੋਲ ਕਹਿੰਦਾ ਪੈਸਿਆਂ ਦਾ ਇੰਤਜ਼ਾਮ ਕਰੋ ਜਨਾਬੇ ਵਾਲਾ ਕਿਤੋਂ ਕਰ ਕਰਾ ਕੇ ਉਹ ਇੱਕ ਥੈਲਾ ਪੈਸਿਆਂ ਦਾ ਭਰਿਆ ਅਤੇ ਪਹਿਲਾਂ ਤਾਂ ਰੋਂਦੇ ਸਨ ਹਜ਼ਰਤ ਜ਼ੈਦ ਦੇ ਬਾਪ ਕਹਿਣਾ ਕਿ ਮੇਰੇ ਪੁੱਤਰ ਦਾ ਅਗਰ ਮੈਨੂੰ ਪਤਾ ਚੱਲ ਜਾਏ ਨਾ ਕਿ ਫਲਾਂ ਪਹਾੜੀ 'ਤੇ ਔਰ ਇੰਨੀ ਬੁਲੰਦ ਪਹਾੜੀ ਹੋਵੇ ਕਿ ਚੜ੍ਹਦਿਆਂ ਚੜ੍ਹਦਿਆਂ ਜੁੱਤੀ ਵੀ ਫਟ ਜਾਏ ਮੈਂ ਜੁੱਤੀ ਸੁੱਟ ਦਿਆਂਗਾ ਆਪਣੇ ਪੈਰ ਵੀ ਫੜਵਾ ਲਵਾਂਗਾ ਪੈਰ ਪਾੜ ਜਾਣਗੇ ਪਰ ਮੈਂ ਆਪਣੇ ਜ਼ੈਦ ਨੂੰ ਲੱਭ ਕੇ ਲਿਆਵਾਂਗਾ ਤੇ ਮਾਂ ਰੋ ਰੋ ਕੇ ਆਪਣੀਆਂ ਅੱਖਾਂ ਦੀ ਬਿਨਾਈ ਗਵਾ ਚੁੱਕੀ ਏ ਤੇ ਜਦੋਂ ਪਤਾ ਚੱਲਿਆ ਨਾ ਕਿ ਜ਼ੈਦ ਲੱਭ ਗਿਆ ਤੇ ਹੁਣ ਆਂਦੇ ਨੇ ਇੱਕ ਘੜੀ ਵੀ ਇੱਥੇ ਨਹੀਂ ਰੁਕਣਾ ਸੀ ਆਪਣੇ ਪੁੱਤਰ ਨੂੰ ਲੈਣ ਵਾਸਤੇ ਜਾਣਾ ਹੈ ਅਹਬਾਬੇ ਜੀ ਵਕਾਰ ਮੈਂ ਅਰਜ਼ ਕਰਨਾ ਹਜ਼ਰਤ ਜ਼ੈਦ ਰਜ਼ੀ ਅੱਲਾਹੁ ਤਾਲਾ ਅਨਹੁ ਹਜ਼ਰਤ ਜ਼ੈਦ ਬਿਨ ਹਾਰਸਾ ਮੇਰੇ ਨਬੀ ਦੀ ਬਾਰਗਾਹ ਚ ਹਾਜ਼ਰ ਨੇ ਹੁਣ ਉਧਰੋਂ ਬਾਪ ਟੁਰ ਪਿਆ ਮਾਂ ਟੁਰ ਪਈ ਰਿਸ਼ਤੇਦਾਰ ਟੁਰ ਪਏ ਕਿ ਜ਼ੈਦ ਨੂੰ ਲੈ ਕੇ ਆਉਣਾ ਹੈ ਹੁਣ ਜ਼ੈਦ ਨੂੰ ਲੈਣ ਵਾਸਤੇ ਆਉਂਦੇ ਪਏ ਨੇ ਜਦੋਂ ਕਾਸ਼ਾਨਾ ਨਬੂਵਤ ਤੇ ਆਏ ਨੇ ਬਾਰਗਾਹੇ ਨਬੂਵਤ ਵਿੱਚ ਆਏ ਨੇ ਮੇਰੇ ਨਬੀ ਦੇ ਜਨਾਬੇ ਵਾਲਾ ਕਾਸ਼ਾਨਾ ਨੂਰ ਤੇ ਆ ਗਏ ਆ ਕੇ ਜਨਾਬੇ ਵਾਲਾ ਪੈਸੇ ਆਪ ਦੀ ਖਿਦਮਤ ਵਿੱਚ ਪੇਸ਼ ਕੀਤੇ ਅਤੇ ਕੀ ਨੇ ਇਹ ਪੈਸੇ ਲੈ ਲਵੋ ਅਸੀਂ ਤੁਹਾਡੇ ਕੋਲ ਇੱਕ ਕੰਮ ਆਏ ਹਾਂ ਮੇਰੇ ਨਬੀ ਨੇ ਫਰਮਾਇਆ ਪੈਸਿਆਂ ਦੀ ਕੀ ਲੋੜ ਏ ਇੱਥੇ ਉਹ ਬਾਰਗਾਹੇ ਜਿੱਥੇ ਬਗੈਰ ਪੈਸਿਆਂ ਤੋਂ ਆਉਣ ਵਾਲਿਆਂ ਦੀਆਂ ਆਦਤਾਂ ਪੂਰੀਆਂ ਕਰ ਦਿੱਤੀਆਂ ਜਾਂਦੀਆਂ ਨੇ ਆਲਾ ਹਜ਼ਰਤ ਨੇ ਇਹਦਾ ਵੀ ਤਰਜਮਾ ਫਰਮਾਇਆ ਆਪ ਨੇ ਫਰਮਾਇਆ ਮੇਰੇ ਕਰੀਮ ਸੇ ਗਲ ਕਤਰਾ ਕਿਸੀ ਨੇ ਮਾਂਗਾ ਆਉਣ ਵਾਲਾ ਜਨਾਬੇ ਵਾਲਾ ਕਤਰਾ ਮੰਗ ਲਵੇ ਉਹਨੂੰ ਦਰਿਆ ਦਿੱਤੇ ਜਾਂਦੇ ਨੇ ਮੇਰੇ ਕਰੀਮ ਸੇ ਗਲ ਕਤਰਾ ਕਿਸੀ ਨੇ ਮਾਂਗਾ ਦਰਿਆ ਬਹਾ ਦੀਏ ਹੈ ਦੁਰਬੇ ਬਹਾ ਦੀਏ ਹੈ ਅਰਜ਼ ਕਰਦੇ ਨੇ ਅਸੀਂ ਤੁਹਾਡੇ ਕੋਲ ਇੱਕ ਕੰਮ ਆਏ ਆ ਪਹਿਲਾਂ ਪੈਸੇ ਰੱਖ ਲਵੋ ਨਬੀ ਕਰੀਮ ਨੇ ਸਲਾਤੋਂ ਸਲਾਮ ਨੇ ਫਰਮਾਇਆ ਆਪ ਨੇ ਫਰਮਾਇਆ ਪੈਸਿਆਂ ਦੀ ਜ਼ਰੂਰਤ ਨਹੀਂ ਤੁਸੀਂ ਕੰਮ ਦੱਸੋ ਕੀ ਕੰਮ ਆਏ ਹੋ ਅਰਜ਼ ਕਰਦੇ ਨੇ ਅਸੀਂ ਜ਼ੈਦ ਨੂੰ ਲੈਣ ਵਾਸਤੇ ਆਏ ਹਾਂ ਮੇਰੇ ਨਬੀ ਨੇ ਜਦੋਂ ਇਹ ਜੁਮਲੇ ਸੁਣੇ ਆਪ ਨੇ ਫਰਮਾਇਆ ਜ਼ੈਦ ਨੂੰ ਕਿਉਂ ਲੈਣ ਆਏ ਹੋ ਅਰਜ਼ ਕਰਦੇ ਨੇ ਸੋਹਣਿਆ ਐ ਵੇਖੋ ਜ਼ੈਦ ਦਾ ਬਾਪ ਇਹ ਜਿਹਨਾਂ ਰੋ ਰੋ ਕੇ ਕਮਜ਼ੋਰ ਹੋ ਗਿਆ ਹੈ ਹਾਲਤ ਗੈਰ ਕਰ ਬੈਠਾ ਹੈ ਐ ਜ਼ੈਦ ਦੀ ਮਾਂ ਹੈ ਰੋ ਰੋ ਕੇ ਅੱਖਾਂ ਦੀ ਬਿਨਾਈ ਗਵਾ ਚੁੱਕੀ ਹੈ ਮੇਰੇ ਨਬੀ ਨੇ ਫਰਮਾਇਆ ਇਹ ਪੈਸਿਆਂ ਦੀ ਜ਼ਰੂਰਤ ਨਹੀਂ ਹੈ ਹੁਣੇ ਜ਼ੈਦ ਆ ਜਾਂਦਾ ਹੈ ਜ਼ੈਦ ਕੋਲੋਂ ਪੁੱਛ ਕੇ ਦੱਸਾਂਗਾ ਇਹ ਜਿਵੇਂ ਜ਼ੈਦ ਆਖੇਗਾ ਉਂਝ ਹੀ ਕਰ ਲਵਾਂਗੇ
ਹੁਣ ਕਿਹਦਾ ਦਿਲ ਕਰਦਾ ਨਬੀ ਦੀ ਬਾਰਗਾਹ ਛੱਡਣ ਵਾਸਤੇ, ਤੇ ਇੰਨਾ ਪਿਆਰ ਤੇ ਮੁਹੱਬਤ ਇਸ ਬਾਰਗਾਹ ਚੋਂ ਮਿਲਿਆ ਹੋਵੇ, ਆਸ਼ਕ ਤੇ ਦਿਨ ਰਾਤ ਰੋਂਦਾ ਕਿ ਸਾਨੂੰ ਉਸ ਬਾਰਗਾਹ ਦੀ ਹਾਜ਼ਰੀ ਨਸੀਬ ਹੋ ਜਾਵੇ। ਹਜ਼ਰਤ ਜ਼ੈਦ ਉਸ ਬਾਰਗਾਹ 'ਚ 24 ਘੰਟੇ ਪੇਸ਼ ਰਹਿੰਦੇ ਨੇ, ਮੇਰੇ ਨਬੀ ਦੀ ਖਿਦਮਤ ਕਰਦੇ ਰਹਿੰਦੇ ਨੇ। ਅਹਬਾਬੇ ਜੀ ਵਕਾਰ ਮੈਂ ਅਰਜ਼ ਕਰਨਾ, ਹਜ਼ਰਤ ਜ਼ੈਦ ਥੋੜ੍ਹੀ ਦੇਰ ਬਾਅਦ ਆਏ ਨੇ, ਜਦੋਂ ਆ ਕੇ ਆਪਣੇ ਬਾਪ ਨੂੰ ਵੇਖਿਆ, ਆਪਣੀ ਮਾਂ ਨੂੰ ਵੇਖਿਆ, ਇਹ ਅੱਖਾਂ ਵਿੱਚੋਂ ਹੰਝੂ ਜਾਰੀ ਹੋ ਗਏ, ਇਹ ਆਂਸੂ ਵਹਾਣ ਲੱਗ ਪਏ ਨੇ ਅੱਖਾਂ ਵਿੱਚੋਂ, ਇਹ ਰੋਂਦੇ ਰੋਂਦੇ ਕਦੇ ਆਪਣੇ ਬਾਪ ਨੂੰ ਮਿਲਦੇ ਨੇ, ਕਦੇ ਆਪਣੀ ਮਾਂ ਨੂੰ ਮਿਲਦੇ ਨੇ, ਇਹ ਜਨਾਬੇ ਵਾਲਾ ਹਿਚਕੀਆਂ ਬੰਦ ਗਈਆਂ, ਇਹ ਰੋ ਰੋ ਕੇ ਹਜ਼ਰਤ ਜ਼ੈਦ ਨੇ ਵੀ ਬੁਰਾ ਹਾਲ ਕਰ ਲਿਆ, ਇਹ ਮਾਂ ਵੀ ਰੋਂਦੀ ਹੈ ਬਾਪ ਵੀ ਰੋਂਦਾ ਹੈ। ਥੋੜ੍ਹੀ ਦੇਰ ਤੋਂ ਬਾਅਦ ਜਦੋਂ ਸੰਭਲੇ ਨੇ, ਮੇਰੇ ਨਬੀ ਨੇ ਹਜ਼ਰਤ ਜ਼ੈਦ ਨੂੰ ਵੀ ਸੰਭਾਲਾ ਦਿੱਤਾ, ਉਹਨਾਂ ਦੇ ਵਾਲਦਿਆਂ ਨੂੰ ਵੀ ਸੰਭਾਲਾ ਦਿੱਤਾ। ਥੋੜ੍ਹੀ ਦੇਰ ਗੁਜ਼ਰਨ ਤੋਂ ਬਾਅਦ ਹਜ਼ਰਤ ਜ਼ੈਦ ਦੇ ਬਾਪ ਕਹਿਣ ਲੱਗਾ, ਆਂਦਾ ਹੈ ਜ਼ੈਦ ਚੱਲ ਤੈਨੂੰ ਲੈਣ ਵਾਸਤੇ ਆਏ ਹਾਂ। ਹਜ਼ਰਤ ਜ਼ੈਦ ਨੇ ਕੀ ਜਵਾਬ ਆਖਿਆ, ਆ ਫਰਮਾਦੇ ਨੇ, ਅਗਰ ਹਜ਼ਾਰਾਂ ਬਾਪ ਅਗਰ ਹਜ਼ਾਰਾਂ ਮਾਵਾਂ ਹੋਣ, ਉਹਨਾਂ ਦਾ ਪਿਆਰ ਇਕੱਠਾ ਕੀਤਾ ਜਾਵੇ, ਜ਼ੈਦ ਫਿਰ ਵੀ ਇਸ ਬਾਰਗਾਹ ਨੂੰ ਛੱਡ ਕੇ ਨਹੀਂ ਜਾਵੇਗਾ। ਆਪ ਨੇ ਫਰਮਾਇਆ ਕਿ ਮੈਂ ਇਸ ਬਾਰਗਾਹ ਨੂੰ ਛੱਡ ਕੇ ਕਦੀ ਨਹੀਂ ਜਾ ਸਕਣਾ, ਤੇ ਮੇਰੇ ਨਬੀ ਲਜਪਾਲ ਆਪ ਨੇ ਕੈਸੀ ਲਜਪਾਲੀ ਫਰਮਾਈ, ਆਪ ਨੇ ਜਾ ਕੇ ਹਰਮੇ ਮੱਕਾ ਦੇ ਅੰਦਰ ਐਲਾਨ ਫਰਮਾਇਆ, ਆਪ ਨੇ ਫਰਮਾਇਆ ਕਿ ਅੱਜ ਤੋਂ ਬਾਅਦ ਇਹ ਜ਼ੈਦ ਮੇਰਾ ਮੁਤਬੰਨਾ ਬੇਟਾ ਹੈ। ਆਪ ਨੇ ਫਰਮਾਇਆ ਜ਼ੈਦ ਮੇਰਾ ਬੇਟਾ, ਮੁਤਬੰਨਾ ਹੁੰਦਾ ਜਿਹੜਾ ਮੂੰਹ ਬੋਲਿਆ ਬੇਟਾ, ਤੇ ਆਪ ਨੇ ਹਜ਼ਰਤ ਜ਼ੈਦ ਨੂੰ ਆਪਣਾ ਪੁੱਤਰ ਬਣਾ ਲਿਆ। ਵਕਤ ਗੁਜ਼ਰਦਾ ਰਿਹਾ, ਮੈਂ ਜਿਹੜੀ ਬਾਤ ਔਰ ਫੈਸਲਾ ਇਹ ਹੋਇਆ, ਫਿਰ ਹਜ਼ਰਤ ਜ਼ੈਦ ਚੁੱਕੇ ਜਾਣ ਵਾਸਤੇ ਤਿਆਰ ਨਾ ਹੋਏ, ਕੌਣ ਛਾਵੇ ਛੱਡ ਕੇ ਜਾਵੇ ਇਸ ਬਾਰਗਾਹ ਨੂੰ। ਹਜ਼ਰਤ ਜ਼ੈਦ ਆਪ ਨੇ ਜਦੋਂ ਆਖਿਆ ਨਾ ਮੈਂ ਨਹੀਂ ਜਾਣਾ, ਤੇ ਮੇਰੇ ਨਬੀ ਨੇ ਫਰਮਾਇਆ ਹੁਣ ਜ਼ੈਦ ਚੁੱਕੇ ਨਹੀਂ ਜਾਣਾ ਚਾਹੁੰਦਾ, ਇਸ ਵਾਸਤੇ ਇਹਨੂੰ ਨਾ ਲਿਜਾਇਆ ਜੇ, ਇਹ ਮੇਰੇ ਕੋਲ ਹੀ ਰਹਿਣ ਦਿਓ। ਹਾਂ ਇੰਨਾ ਕਰਨੇ ਆ ਕਿ ਜਦੋਂ ਤੁਹਾਡਾ ਦਿਲ ਕਰੇ ਤੁਸੀਂ ਮਿਲ ਜਾਓ, ਜਦੋਂ ਇਹਦਾ ਦਿਲ ਕਰੇ ਇਹ ਜਾ ਕੇ ਮਿਲ ਆਵੇ। ਮੈਂ ਇਹ ਵਾਕਿਆ ਕਿਉਂ ਅਰਜ਼ ਕੀਤਾ ਕਿ ਸਾਨੂੰ ਪਤਾ ਚੱਲੇ ਕਿ ਅੱਲਾ ਨੇ ਜਿਹੜਾ ਫਰਮਾਇਆ ਹੈ ਨਾ ਕਿ ਮਾ ਕਾਨਾ ਮੁਹੰਮਦੁਨ ਅਬਾ ਅਹਦਿ ਮਿਰ ਰਿਜਾਲਿਕੁਮ, ਕਿ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੁਮਹਾਰੇ ਬਾਲਿਗ ਮਰਦੋਂ ਮੇਂ ਸੇ ਕਿਸੀ ਕੇ ਬਾਪ ਨਹੀਂ। ਹਜ਼ਰਤ